ਸੁੱਚ ਅੱਜ ਫੇਰ ਲੱਗੀ ਵੀ ਛੱਡਤੀ ਜੀ ਇਹਦੀ ਉਹ ਰਹਿ ਗਈ ਤੀ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਸਵਾਗਤ ਹੈ ਜੀ। ਦੋ ਤਿੰਨ ਦਿਨਾਂ ਬਾਅਦ ਕੰਮ ਕਾਰ 'ਚ ਰੁੱਝੇ ਹੋ ਜੀ ਥੋੜ੍ਹਾ ਜਿਹਾ ਜ਼ਿਆਦਾ ਕਰਕੇ ਅਤੇ ਸਾਫ਼ ਸਫਾਈਆਂ ਕਰੀਆਂ ਘਰੇ ਟਰੈਕਟਰ ਧੋਤੇ ਅਤੇ ਹੁਣ ਬਾਕੀ ਗਡਾਈ ਨੂੰ ਲੱਗੇ ਮੈਂ ਰਹਿ ਗਏ 10 ਕਿੱਲੇ ਬਸ ਖਿੱਚ ਲੈ ਗਏ ਕੰਮ ਨੂੰ ਅਤੇ ਹੁਣੇ ਹੁਣੇ ਵਿਹਲੇ ਹੋਏ ਜੀ। ਸ਼ਾਮ ਦਾ ਟਾਈਮ ਹੋ ਗਿਆ, ਬਾਈ ਜੀ ਹੁਣੀ ਆਏ ਹੋਏ ਸੀ ਗੜ੍ਹ ਸ਼ੰਕਰ ਤੋਂ ਅਤੇ ਅੱਜ ਕਿਉਂਕਿ ਮੋਟਰਾਂ ਦੇ ਤੀਆਂ ਆਪਾਂ ਨੇ ਦੇਤੀਆਂ ਦੋਵੇਂ ਜਿਹੜੀਆਂ ਕਟਰ ਦੀਆਂ ਮੋਟਰਾਂ ਨਾ ਇਹਨਾਂ ਸਟੈਂਡਰਡ ਕਮਾਈਂ ਦੀ ਆਪਣੀ ਸਮਝ ਗਿਆ ਮੈਂ। ਉਹ ਬਾਈ ਗੜ੍ਹ ਸ਼ੰਕਰ ਤੋਂ ਆਏ ਅਤੇ ਉਹਨਾਂ ਕੋਲ ਸਟੈਂਡਰਡ ਕਮਾਈਂ ਤੀ ਇਹਦੇ ਨਾਲ ਦੀ ਆਹ ਜਿਹੜੀ ਆਹ ਇੱਧਰ ਵੀ ਆਪਣੀ ਖਾਰਾ ਮਾਡਲ ਹੈ ਅਤੇ ਇਹਦੇ ਨਾਲ ਦੀ ਮਸ਼ੀਨ ਤੀ ਬਾਈਆਂ ਕੋਲ। ਕਹਿੰਦੇ ਵੀ ਜੇ ਨਵੀਂ ਲੈਣ ਜਾਂਦੇ ਹਾਂ ਨਵੀਂ ਮਹਿੰਗੀ ਆ, ਚਲੋ ਹੁਣ ਨਵੀਂ ਦੇ ਮੁੱਲ 'ਚ ਉਹਨਾਂ ਦੀ ਦੋ ਨਵੀਆਂ ਦੋ ਬਣ ਗਈਆਂ ਆਪਣੇ ਨਾਲ ਦੀਆਂ। ਬਾਕੀ ਬਾਹਰ ਮਿਸਤਰੀ ਜੀ ਆਏ ਹੋਏ ਆ, ਚੰਨੀ ਮਿਸਤਰੀ ਜੀ ਅਤੇ ਮਿਸਤਰੀ ਜੀ ਆਏ ਹੋਏ ਨੇ ਅਤੇ ਅੱਜ ਤੁਹਾਨੂੰ ਟਰੈਕਟਰ ਬਾਰੇ ਦਿਖਾਉਣਾ। ਸਤਿ ਸ਼੍ਰੀ ਅਕਾਲ ਜੀ, ਹੋ ਠੀਕ ਠਾਕ? ਅੱਜ ਆਪਾਂ ਨੇ ਟਰੈਕਟਰ ਦਿਖਾਉਣਾ 3620 ਨਿਊ ਨਾ ਫੋਰਡ 3620 ਹੈ ਨਾ, ਉਹ ਆਪਾਂ ਨੇ ਪਾਵਰ ਸਟੀਅਰਿੰਗ ਕਰਿਆ ਤਾ ਹੈ ਨਾ ਜੀ, ਇੱਕ ਸਾਲ ਹੋ ਗਿਆ ਉਹਨੂੰ ਤੇ ਹੁਣ ਅੱਜ ਆਪਾਂ ਨੇ ਉਹਦੀ ਫੀਡਬੈਕ ਦੇਣੀ ਹੈ ਟਰੈਕਟਰ ਦੀ। ਪੂਰਾ ਵਧੀਆ ਕੰਮ ਜਾਵੇ ਬਸ ਅੱਜ ਜਣੀ ਹੁਣ ਆਪਾਂ ਨੇ ਉੱਥੇ ਚੱਲਦੇ ਆ ਘਰਾਂ ਉਹਨਾਂ ਦੇ ਹੈ ਨਾ ਜੀ, ਆਪਾਂ ਟਰੈਕਟਰ ਚਲਾ ਕੇ ਵੀ ਦਿਖਾਉਂਦੇ ਹਾਂ ਅਤੇ ਕਿਵੇਂ ਉਹਦਾ ਫੀਡਬੈਕ ਚਾਚੇ ਤੋਂ ਵੀ ਪੁੱਛਾਂਗੇ ਵੀ ਜਿਹਨਾਂ ਨੂੰ ਇੱਕ ਸਾਲ ਹੋ ਗਿਆ ਉਹਦੇ 'ਚ ਫਰਕ ਕੀ ਤਾਂ ਉਹਨੂੰ ਆਪਾਂ ਨੇ ਉਹ ਨਹੀਂ ਤਾਂ ਪੰਪ ਨਹੀਂ ਤਾਂ ਲਾਇਆ ਹੈ ਨਾ, ਪੰਪ ਤਾਂ ਲਾਇਆ ਤਾਂ ਦੋ ਜੈਕ ਨਹੀਂ ਲੱਗਿਆ। ਅੱਛਾ ਉਹੀ ਓਰੀਜਨਲ ਆ ਜਿਹੜੀਆਂ ਆਰਮਾਂ ਤੀਆਂ ਉਹਨਾਂ ਆਰਮਾਂ ਪੱਤੇ। ਠੀਕ ਹੈ ਠੀਕ ਹੈ, ਚਲੋ ਆਓ ਫਿਰ ਚੱਲੀਏ ਕਿਹਨਾਂ। ਠੀਕ ਹੈ ਵੀ ਕੋਕੀ, ਮਿਲਦੇ ਆ ਕੇ ਫਿਰ ਹੈਂ, ਪਹਿਲਾਂ ਟਰੈਕਟਰ ਦਿਖਾ ਦਈਏ ਵੀਡੀਓ 'ਚ। ਅਸੀਂ ਨਹੀਂ ਮਿਲਦੇ ਉਹ ਨੀ ਜਾਂਦਾ ਬਾਈ, ਉਹ ਜਾਂਦਾ ਹੀ ਨੀ, ਜਦ ਇੱਕ ਵਾਰ ਉਹਨੇ ਜਵਾਬ ਦਿੱਤਾ ਫਿਰ ਨੀ ਜਾਂਦਾ ਉਹ। ਲਓ ਜੀ ਮਿੱਤਰੋ ਪਹੁੰਚ ਗਏ ਜਾਚੇ ਉਹਨਾਂ ਦੇ, ਇਹ ਪਿੰਡ ਰਜਿੰਦਰਗੜ੍ਹ 'ਚ ਫੋਰ ਟਰੈਕਟਰ ਤਿਆਰ ਕਰਿਆ ਸੀ। ਫੋਰ ਟਰੈਕਟਰ ਮਾਡਲ ਕਿੰਨੇ ਜੀ ਇਹ? ਇਹ ਵੀ ਹਾਂ ਦੋ ਪਿੱਛੇ ਵਾਲਾ ਹੀ ਹੈ 2000 ਤੋਂ ਹੈ ਨਾ। ਇਹ ਪਾਵਰ ਸਟੀਅਰਿੰਗ ਕਰਿਆ ਤਾਂ ਦੇਖੋ ਫਿਟਿੰਗ ਹਲੇ ਵੀ ਇਹਦੀ ਉਵੇਂ ਦੀ ਲੱਗਦੀ ਹੈ, ਮਤਲਬ ਦੇਖਣ ਵਾਲਾ ਬੰਦਾ ਐਂ ਕਹੂਗਾ ਵੀ ਇਹ ਪਾਵਰ ਨਹੀਂ ਹੈਗਾ ਬਾਈ, ਪਰ ਇਹ ਟਰੈਕਟਰ ਪਾਵਰ ਸਟੀਅਰਿੰਗ ਹੈ। ਦੇਖੋ ਕਟਾਈ ਕਿੰਨੀ ਫਾਸਟ ਹੈ। ਪਹਿਲਾਂ ਚਾਚੇ ਤੋਂ ਹੀ ਪੁੱਛ ਲੈਂਦੇ ਹਾਂ, ਚਾਚੀ ਇੱਕ ਸਾਲ ਹੋ ਗਿਆ ਤੁਹਾਨੂੰ ਹੈ ਨਾ ਟਰੈਕਟਰ ਪਾਵਰ ਕਰਾਏ ਨੂੰ, ਤੁਹਾਨੂੰ ਕੋਈ ਤੰਗੀ ਪੇਸ਼ੀ ਇਹਦੀ? ਕੋਈ ਤੰਗੀ ਪੇਸ਼ੀ ਨਹੀਂ ਸਾਹਿਬ, ਐਨ ਘੈਂਟ ਚੀਜ਼ ਹੈ, ਵਧੀਆ ਸਾਹਿਬ। ਕੋਈ ਕਟਾਈ 'ਚ ਜਾਂ ਸਲੋਅ 'ਚ ਕੋਈ ਕਿਹੜਾ ਕਿਹੜਾ? ਕੁਛ ਨਹੀਂ, ਨਾ ਹੌਲੀ ਰੇਟ ਤੇ ਨਾ ਤੇਜ਼ ਤੇ ਕੋਈ ਫਰਕ ਨਹੀਂ, ਕੋਈ ਫਰਕ ਨਹੀਂ ਹੈ ਨਾ। ਇਹ ਰਮਾ ਜੋਂਡੀਅਰ ਲਾਓ ਕਿ ਉਹੀ ਚੀਜ਼ ਬਣ ਗਈ ਜੋਂਡੀਅਰ? ਮੈਂ ਕਹਿੰਦਾ ਕਟਾਈ ਤੇਜ਼ ਲੱਗਦੀ ਹੈ ਮੈਨੂੰ ਇਹਦੀ, ਵੀ ਜਿਵੇਂ ਛੇਤੀ ਮੁੜ ਜਾਂਦਾ ਇਹ। ਹਾਂ ਫਿਰ ਤਾਂ ਛੇਤੀ ਹੋ ਜਾਂਦੀ ਹੈ ਨਾ, ਅਤੇ ਆਪਾਂ ਇਹਦੀ ਵੀਡੀਓ ਪਾਈ ਤੇ ਅੱਜ ਤੋਂ ਇੱਕ ਸਾਲ ਪਹਿਲਾਂ ਮਿਸਤਰੀ ਜੀ ਨੇ, ਚੰਨੀ ਮਿਸਤਰੀ ਜੀ ਪਿੰਡ ਸਾਧੂਗੜ੍ਹ ਇਹਨਾਂ ਦੀ GT ਰੋਡ ਦੇ ਉੱਤੇ ਵਰਕਸ਼ਾਪ ਆ, ਆਪਾਂ ਤੁਹਾਡੇ ਨਾਲ ਨੰਬਰ ਸ਼ੇਅਰ ਕਰਾਂਗੇ। ਦੇਖੋ ਉਹੀ ਮੋਰਨੇ ਨੇ, ਬਾਕੀ ਮਿਸਤਰੀ ਤੁਸੀਂ ਸਮਝਾਓ ਇਹਦੇ 'ਚ ਆ ਕੇ ਵੀ ਕੀ ਚੇਂਜ ਹੋਇਆ ਤਾਂ ਕੀ ਨਹੀਂ ਚੇਂਜ ਹੋਇਆ? ਨਹੀਂ ਕੀਤਾ ਅਸੀਂ ਨੇ, ਦੇਖੋ ਸਿੰਗਲ ਆੜ ਤੇ ਪਾਵਰ ਸਟੀਅਰਿੰਗ ਕੀਤਾ ਲੈ ਉਹ ਇਹ ਪਾਵਰ ਸਟੀਅਰਿੰਗ ਪਾਵਰ ਹੈ ਨਾ। ਆ ਦੇਖੋ ਹੁਣ ਮੁੜੂਗਾ ਵੀ, ਖਾਲੀ ਵੀ ਮੁੜੂਗਾ। ਅੱਛਾ ਖਾਲੀ ਵੀ ਮੁੜਦਾ, ਠੀਕ ਹੈ। ਬੰਦ ਕਰੇ ਤੇ ਵੀ ਮੁੜਦਾ ਹੈ। ਇਹਦੇ 'ਚ ਜੇ ਬੰਦੇ ਨੂੰ ਕੋਈ ਡਰ ਪੈ ਵੀ ਹਾਂ ਵੀ ਖਰਾਬ ਹੋਊਗਾ ਤਾਂ ਖਰਾਬ ਹੋਊਗਾ ਵੀ ਕੀ ਇਹਦੇ 'ਚ ਜੇ ਆਪਾਂ ਮੰਨ ਲਈਏ? ਖਰਾਬ ਇਹਦਾ ਕੁਝ ਨਹੀਂ ਹੁੰਦਾ, ਸਿਰਫ ਸਟੀਅਰਿੰਗ 'ਚ ਹੈ। ਸਟੀਅਰਿੰਗ 'ਚ ਹੈ। ਅੱਛਾ ਇਹ ਪ੍ਰੋਜੈਕਟ ਉਰੀਓ ਹੈ ਹਨਾ? ਹਾਂ ਇੱਥੇ ਹੀ ਆ। ਇੱਥੇ ਹੀ ਇੱਥੇ ਪਾਵਰ ਹੋਊਗਾ। ਅੱਛਾ ਹੁਣ ਪਾਵਰ ਸਟੀਅਰਿੰਗ। ਠੀਕ ਹੈ ਠੀਕ ਹੈ ਠੀਕ ਹੈ।
ਇਹ ਮੇਰੇ ਹਿਸਾਬ ਨਾਲ ਕੁਛ ਕੁ ਜਿਵੇਂ ਸਵਰਾਜ ਹੈ ਜਿਵੇਂ 744 ਉਹ ਤਾਂ ਕੰਪਨੀ ਫਿਟਡ ਹੋਣੀ ਐਵੇਂ ਹੋਰ ਅੱਜ ਜਿਵੇਂ ਰੋਡ ਪਰ ਭੱਜੇ ਜਾਂਦੇ ਤਾਂ ਸਟੇਰਿੰਗ ਘੁੰਮਦਾ ਤਾਂ ਨਹੀਂ ਇਹ ਅੱਜ ਤੁਹਾਡੇ ਕੋਲ ਤਾਂ ਹੀ ਆਉਣ ਦਾ ਮੇਨ ਕਾਰਨ ਇਹੀ ਹੈ ਵੀ ਇਹਦਾ ਟਰੈਕਟਰ ਦਾ 1 ਸਾਲ ਬਾਅਦ ਆਪਾਂ ਰਿਵਿਊ ਕਰਿਆ ਇਹਦਾ ਵੀ ਹਾਂ ਵੀ ਹਾਂ ਟਾਇਰਾਂ ਦੀ ਘਸਾਈ ਦੱਸ ਦਿੰਦੀ ਹੈ ਹਨਾ ਵੱਧ ਘੱਟ ਘਸੇ ਵੀ ਜਾਂ ਗੁੱਡੀਆਂ ਉੱਪਰ ਥੱਲੇ ਹੋ ਜਾਂਦੀਆਂ ਇਹ ਮੈਂ ਕਹਿੰਦਾ ਕੱਦੂ ਕੁੱਦੂ ਵੀ ਕਰਦੇ ਹਨਾ ਇਹਦੇ ਨਾਲ ਕੱਦੂ ਵੀ ਇਹਦੇ ਨਾਲ ਕਰਦੇ ਹਾਂ ਸਾਰਾ ਕੁਛ ਸਪੈਂਡਲ ਵੀ ਉਹੀ ਹੈ ਨਾਲ ਦੇ ਹਨਾ ਸਾਰਾ ਕੁਛ ਉਹੀ ਹੈ ਤੇ ਬਸ ਆ ਸਿਰਫ ਜੇ ਚੇਂਜ ਹੋਇਆ ਤਾਂ ਉਹ ਸਟੇਰਿੰਗ ਵਾਲੀ ਰਾਡ ਜੀ ਹਨਾ ਉਹ ਚੇਂਜ ਹੋਈ ਹੈ ਆਪਣੀ ਤੇ ਬਸ ਇੱਥੇ ਵਾਲਾ ਉਹ ਪੁਰਚਾ ਜਾ ਪੰਪ ਲੱਗਿਆ ਤਾਂ ਇਹਨੂੰ ਦੂਜਾ ਪੰਪ ਲੱਗਿਆ ਤਾਂ ਪੰਪ ਲਾਉਣਾ ਮੈਂ ਟੈਂਕੀ ਵੀ ਲਾਉਣੀ ਪਈ ਤੁਹਾਨੂੰ ਅੱਛਾ ਤੇਲ ਵਾਸਤੇ ਇਹਦੇ ਦੂਆ ਇੰਜਨ ਵਾਲਾ ਤੇਲ ਨਹੀਂ ਅਸੀਂ ਲੱਕ ਤੇਲ ਲਾਇਆ ਇਹਨੂੰ ਸਪੈਸ਼ਲ ਪੈਂਦੇ ਤਾਂ ਮਗਲਾਇ ਲਈ ਇਹਦੇ ਚ ਨਾ ਸਪੈਸ਼ਲ ਤੇਲ ਆਉਂਦਾ ਅੱਛਾ ਇਹਦਾ ਸਟੀਅਰਿੰਗ ਵਾਲਾ ਸਪੈਸ਼ਲ ਆਉਂਦਾ ਠੀਕ ਹੈ ਤੇ ਬਾਕੀ ਕੰਟੈਕਟ ਨੰਬਰ ਆ ਜਿਹੜਾ ਸਕਰੀਨ ਤੇ ਆਪਾਂ ਸ਼ੇਅਰ ਕਰਿਆ ਜੀ ਤੇ ਕੋਈ ਵੀ ਟਰੈਕਟਰ ਦੀ ਜਾਣਕਾਰੀ ਲੈਣੀ ਹੈ ਤੁਸੀਂ ਟੈਂਕੀ ਦਿਖਾ ਦਿਓ ਇੱਕ ਵਾਰ ਇਹਦੀ ਮੜ ਜੀ ਤੁਸੀਂ ਹੋਰ ਕੀ ਕੀ ਕਰਦੇ ਆ ਮੋਡੀਫਿਕੇਸ਼ਨ ਆ ਟਰੈਕਟਰਾਂ ਦੀਆਂ ਮਰਜ਼ੀ ਹੋਵੇ ਪਾਵਰ ਤੇ ਸਾਰੇ ਹੀ ਕਰਦੇ ਆ ਨਵੇਂ ਮਾਡਲ ਵੀ ਇੱਕ ਪੁਰਾਣੇ ਮਾਡਲ ਪੁਰਾਣੇ ਜਿਹੜੇ ਸਿੰਗਲ ਆ ਰਹੇ ਰਾਡ ਵਾਲੇ ਪਹਿਲਾਂ ਠੀਕ ਹੈ ਠੀਕ ਹੈ ਹੁੰਦੇ ਜਿਹੜੇ ਦੇਖਣਾ ਕੋਈ 36-20 ਹੋਇਆ ਦੂਏ ਪਿੱਛੇ ਦੀ ਇੱਕ ਫੋੜ ਵੀ ਤਾਂ ਤਿਆਰ ਕਰਿਆ ਤਾਂ ਕਰਿਆ ਆਪਾਂ ਨੇ ਜਿਹੜੀ ਫੋੜ ਤੇ ਜ਼ਿਆਦਾ ਕੰਮ ਹੈ ਨਾ ਜਿਹੜਾ ਮਰਜ਼ੀ ਹੋਵੇ ਅੱਛਾ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਅੱਛਾ ਇਹਦੀ ਟੈਂਕੀ ਲੱਗੀ ਹੈ ਟੈਂਕੀ ਲਈ ਜੀ ਠੀਕ ਉਰੇ ਪਹਿਲਾਂ ਕੀ ਹੁੰਦਾ ਤਾਂ ਇੱਥੇ ਕੁਝ ਅੱਛਾ ਬੈਟਰੀ ਹੁੰਦੀ ਸੀ ਅੱਛਾ ਬੈਟਰੀ ਹੁੰਦੀ ਥੱਲੇ ਠੀਕ ਹੈ ਉਹ ਬੈਟਰੀ ਬਾਕਸਾ ਥੱਲੇ ਆ ਗਿਆ ਆ ਇਹਦੀ ਟੈਂਕੀ ਲੱਗ ਤੋਂ ਤੇ ਬਸ ਇਹਦੇ ਚ ਤੇਲ ਲੈਣਾ ਇਹਨੇ ਇਹਦੇ ਚ ਆਪਣਾ ਛੱਡਣਾ ਹਨਾ ਜਿੰਨਾ ਕੁਝ ਵੀ ਕਰਨਾ ਟੈਂਕੀ ਵੀ ਹੁਣ ਚੇਂਜ ਕਰ ਦਿੰਨੇ ਆ ਟੈਂਕੀ ਵੀ ਇੱਥੇ ਲਾਵਾਂਗੇ ਇਹ ਵੀ ਖੁੱਲ੍ਹਾ ਰੱਖ ਦੇਣਾ ਜਿਮ ਅੱਛਾ ਖੁੱਲ੍ਹੇ ਹੀ ਰੱਖ ਦੇਣਾ ਉੱਪਰ ਹਾਂ ਠੀਕ ਹੈ ਇਹ ਦਿੱਕਤ ਆਉਂਦੀ ਜੇ ਕਦੇ ਖੋਲਣਾ ਪੈਂਦਾ ਹੁਣ ਟੈਂਕੀ ਇਹਦਾ ਮੋਟਾ ਮੋਟਾ ਉਹ ਆਈਡੀਆ 20-30,000 40,000 ਕਿੰਨਾ ਕੁ ਖਰਚਾ ਆ ਜਾਂਦਾ ਇਹਦੇ ਉੱਪਰ 45,000 ਲੱਗ ਜਾਂਦਾ ਜ਼ਿਆਦਾ ਸਾਰੀ ਆ ਓਰੀਜਨਲ ਕਿੱਟ ਪਾ ਕੇ ਓਰੀਜਨਲ ਕਿੱਟ ਜੇ ਦੂਆ ਜੈਕ ਵਾਲਾ ਲਵਾਉਣੇ ਉਹਦੇ ਪਰ ਕਿੰਨਾ ਖਰਚਾ ਆ ਜਾਂਦਾ ਜੈਕ ਵਾਲਾ ਫਿਰ ਹਿੱਸਾ ਬਦਲਣਾ ਪੈਂਦਾ ਫਿਰ ਉਹ ਹਿੱਸਾ ਵੀ ਬਦਲਿਆ ਜਾਊਗਾ ਫਿਰ ਉੱਚਾ ਵੀ ਹੋਊਗਾ ਮੋਰੋ ਪਿੱਛੇ ਟਾਇਰ ਪਿੱਛੇ ਨੀਵਾ ਹੋ ਜਾਣਾ ਪਿੱਛੇ ਤੇ ਜੈਕ ਵਾਲਾ ਕੀ ਦੂਆ ਕੀਤਾ ਹੀ ਆ ਉਹ ਹਾਂਜੀ ਇਹ ਵੀਰ ਜੀ ਕਹਿੰਦੇ ਆਪਾਂ ਨੇ ਇੱਕ ਨੇ ਰੱਖਣਾ ਜਾਂ ਜੈਣੀਆਂ ਨੇ ਰੱਖੇ ਉਹ ਉਹਦੇ ਪਰ ਖਰਚਾ ਜ਼ਿਆਦਾ ਆਊਗਾ ਫਿਰ ਖਰਚਾ ਜ਼ਿਆਦਾ ਹੁੰਦਾ ਇੱਕ ਉਹਦੇ ਚ ਹਿੱਸਾ ਚੇਂਜ ਹੋਣਾ ਹਿੱਸਾ ਚੇਂਜ ਹੋਊਗਾ ਸਾਰੇ ਹੀ ਮੰਤਲ ਮੋਰੋ ਫਰੰਟ ਜੈਕ ਲੱਗੂਗਾ ਟਾਇਰ ਆੜਾ ਨਿਕਲ ਜਾਣੀ ਹੈ ਹੈਨਾ ਕਰੰਟ ਬਸ ਸਮਾਨ ਹੁੰਦਾ ਓਰੀਜਨਲ ਤਾਂ ਬਹੁਤ ਮਹਿੰਗਾ ਹੋ ਅੱਛਾ ਓਰੀਜਨਲ ਮਹਿੰਗਾ ਮਹਿੰਗਾ ਓਰੀਜਨਲ ਜਣੀ ਉਹ ਘੱਟੋ ਘੱਟ 60-70,000 ਤੇ ਜਾਊਗਾ 60-70,000 ਤੇ ਲੱਗਦਾ ਜੇ ਆਪਾਂ ਜੈਨੀਆਂ ਲਾਉਣੇ ਆ ਉਹਦੇ ਪਰ 80-85,000 ਦੇ ਲੱਖ ਵੀ ਕੱਲਾ ਪਾਵਰ ਪਾਵਰ ਕਰਨ ਚ ਬਸ ਇਹਦੇ ਚ ਇੱਕ ਫਰਕ ਕੀ ਆ ਵੀ ਇੱਕ ਹਿੱਸਾ ਉਹੀ ਰਹਿ ਗਿਆ ਤੇ ਜੈਕ ਨਹੀਂ ਹੈਗਾ ਬਾਕੀ ਸਾਰਾ ਹਨਾ ਮਤਲਬ ਪੰਪ ਪੰਪ ਜਿਵੇਂ ਲੱਗਿਆ ਉਹ ਫਿਟਿੰਗ ਸਾਰੀ ਉਹੀ ਆ ਜੀ ਹਨਾ ਸੋ ਠੀਕ ਹੈ ਜੀ ਬਾਕੀ ਨੰਬਰ ਆਪਾਂ ਨਾਲ ਸ਼ੇਅਰ ਕਰਤਾ ਜੀ ਮਿਸਤਰੀ ਜੀ ਦਾ ਤੇ ਜ਼ਰੂਰ ਕਰਿਓ ਜੀ ਸੰਪਰਕ ਟਰੈਕਟਰ ਦਾ ਦੱਸਿਓ ਜੀ ਸਾਨੂੰ ਕਮੈਂਟ ਕਰਕੇ ਕਿਵੇਂ ਲੱਗਿਆ ਮਸ਼ੀਨਾਂ ਮਸ਼ੀਨਾਂ ਦੀ ਕਰੋ ਫਿਰ ਰਿਪੇਅਰ ਕਦ ਕਰਨੀ ਹੈ ਜੋ ਉੱਥੇ ਹਰਿਆਣੇ ਕੰਮ ਚੱਲਿਆ 15-15 ਤੱਕ ਕੰਮ ਚੱਲੂ 20 ਤੱਕ ਮੰਨ ਲਾ 1500 ਜਾਂ ਹੋਰ ਵੈਰਾਈਟੀਆਂ ਉੱਥੇ ਨਾ ਟਾਮੀ ਟਾਮੀ ਨਿਸਰ ਵੀ ਗਈ ਬਾਕੀ ਗੋਬ ਚ ਤਾਂ ਆ ਗਈਆਂ ਹਾਂ ਗੋਬ ਚ ਆਇਆ ਹਲੇ ਤਾਂ ਹਲੇ ਤਾਂ ਘੱਟ ਤੇ ਘੱਟ ਵੀ 1.5 ਮਹੀਨਾ ਨਹੀਂ ਹੋਇਆ ਆਪਣੇ ਵੀ ਬਹੁਤਾ ਟਾਈਮ ਨਹੀਂ ਲੱਗਦੀ ਉੱਥੇ ਗੂਪਰ ਗੋਗੀ ਸਵੇਰੇ ਦਿਖਾਈ ਨਹੀਂ ਦੀ ਚਾਚੇ ਨੇ ਬੱਲ ਐਨ ਬੱਲ ਨਿਕਲੇ ਜੀ ਪੂਰੀ ਟਾਮੀ ਟਾਮੀ ਜਣੀ ਗੋਬ ਚ ਆਉਣ ਕਰਕੇ ਹਲੇ ਟਾਈਮ ਨਹੀਂ
9ਵੇਂ ਮਹੀਨੇ ਅੱਧ ਤੱਕ ਕਿਤੇ ਬੜਾਈ ਨਹੀਂ ਚੱਲਦੀ ਹੈਗੀ ਤੇ ਫਿਰ ਕਿਆ ਸੋਹਣਾ ਦੇਖ ਲੈ ਜੇ ਹੁਣ ਕਿਤੇ ਉਸ ਲੱਗੀ ਪੈਣ ਦੇਖ ਲਾ ਬੂੰਦਾਂ ਪੂਰੀਆਂ ਹੋ ਗਈਆਂ ਬਾਕੀ ਮੱਛਰ ਕੰਟਰੋਲ ਹੋਣ ਲੱਗ ਗਿਆ ਹੁਣ ਜਾਲਾ ਲੱਗ ਗਿਆ ਪੈਣ ਹੁਣ ਚੰਗਾ ਹੈਨਾ ਬਾਕੀ ਜੇ ਕਿਸੇ ਨੇ ਕੀਲਾ ਵੱਢ ਲਿਆ ਉਹਨੂੰ ਆ ਗਿਆ ਪਹਿਲਾਂ ਉਹਦਾ ਫਾਇਦਾ ਵੀ ਉਹਦੇ ਵਿੱਚ ਰੂਆਂ ਵੱਢ ਕੀਲੇ ਨੂੰ ਬਾਕੀ ਤੈਨੂੰ ਇੱਕ ਮਸ਼ੀਨ ਐਤਕੀ ਹੋਰ ਦੇ ਦੇਣੀ ਆਪਾਂ ਨੇ ਆਹੀ ਦਿਨਾਂ ਦੇ ਵਿੱਚ ਆਉਣ ਵਾਲੇ ਆਹੀ ਦਿਨਾਂ ਦੇ ਵਿੱਚ ਉਹਦਾ ਵੀ ਫਿਰ ਤਾਂ ਅਸੀਂ ਗੇਅਰ ਲਾਇਆ ਕਰਨਾ ਇੱਧਰਲੇ ਹੱਥ ਗੇਅਰ ਆ ਉਹਦਾ ਇਹਦੇ ਇਹਦੇ ਇੱਧਰਲੇ ਹੱਥ ਪਾਉਣਾ ਤੂੰ ਉਹਦਾ ਇੱਧਰਲੇ ਹੱਥ ਗੇਅਰ ਆ ਉਹਦਾ ਮੈਂ ਕਦੂ ਹੋਣਾ ਹੈ ਜਿਵੇਂ ਸ਼ਟਰ ਸ਼ਟਰ ਨਾ ਸ਼ਟਰ ਤੂੰ ਹੀ ਹੈਗਾ ਪਰ ਹੈ 4x4 ਆ ਛੋਟੀ ਜਿਹੀ ਮਸ਼ੀਨ ਆ ਬੜੀ ਘੈਂਟ ਜੀਰੀ ਲਾਉਣੇ ਵਾਲੀ ਆਹੋ ਉਹਦੇ ਚਾਰੇ ਟਾਇਰ ਜ਼ੋਰ ਮਾਰਦੇ ਆ ਚਾਰੇ ਟਾਇਰ 4x4 ਆਹੋ ਉਹ ਗੜਦੀ ਗੁੜਦੀ ਨਹੀਂ ਉਹ ਹਾਂ ਪਰ ਉਹਨੇ ਕੱਢਣਾ ਪਤਲੇ ਟਾਇਰ ਡੂਲਾ ਡੂਲਾ ਜਿਹਾ ਪਰ ਨੂੰ ਆਏ ਜਾਂਦੇ ਸ਼ੌਂਕਦੀ ਉਹ ਉਹਨੇ ਉਹਨੇ ਕੱਢਣਾ ਉਹ ਘੈਂਟ ਚੀਜ਼ ਆ ਉਹ ਪਤਲੇ ਟਾਇਰ ਯਾਰ ਫਾਇਦਾ ਵੀ ਹੋ ਜਾਣਾ ਸੋਨੀ ਮੇਰੀ ਗੱਲ ਸੁਣੋ ਹੁਣ ਆਪਣੇ ਕੋਲ ਇੱਧਰ ਲੇਬਰ ਨਹੀਂ ਮਿਲਦੀ ਹੈਗੀ ਅਗਤੀ ਲੇਬਰ ਦੀ ਬਰਨਾਲੇ ਕਰੀ ਨੂੰ ਹਲੇ ਜੀਰੀ ਪਈ ਆ ਯਾਰ ਲੱਗਣ ਦੇ ਮੇਰੀ ਬਾਈਆਂ ਨਾਲ ਕਿਤੇ ਕਿਤੇ ਕੋਈ ਨਹੀਂ ਲੱਗ ਰਹੀ ਉਹ ਜਿਹੜੇ ਬੰਦੇ ਦੇ ਮੈਂ ਕੰਮ ਕਰ ਰਿਹਾ ਉਹ ਕਹਿੰਦਾ ਵੀ ਬਹੁਤ ਔਖਾ ਲੇਬਰ ਨਹੀਂ ਮਿਲ ਰਹੀ ਵਿਚਾਰੇ ਹੈ ਤਾਂ ਔਖਾ ਖੈਰ ਹਾਂ ਲੇਬਰ ਕਹਿੰਦੀ ਤੇ ਔਖਾ ਤਾਂ ਮਸ਼ੀਨਰੀ ਲਿਆਉਣੀ ਪੈਂਦੀ ਲੇਬਰ ਮਿਲੇ ਫਿਰ ਤਾਂ ਮਸ਼ੀਨਰੀ ਦੀ ਕੋਈ ਲੋੜ ਨਹੀਂ ਫਿਰ ਇੰਨਾ ਪੈਸਾ ਲਾ ਕੇ ਫਿਰ ਆਪਾਂ ਕਿੱਥੇ ਜਾਣਾ ਨਹੀਂ ਤਾਂ ਕੀ ਕਰਨਾ ਦਾ ਹਾਂ ਬਿਲਕੁਲ ਨਾਲ ਪਨੀਰੀ ਵਾਲੀ ਵੀ ਲੈਣੀ ਆਪਾਂ ਨੇ ਪਨੀਰੀ ਬੀਜਣੀ ਉਹ ਤਾਂ ਫਿਰ ਕਰਨੀ ਪੈਣੀ ਮਸ਼ੀਨ ਲੈਣੀ ਆ ਪਨੀਰੀ ਦਾ ਵੀ ਸਿਸਟਮ ਕਰਨੇ ਪੈਣਾ ਉਹ ਤੇਰਾ ਕੰਮ ਕਿੱਧਰ ਚੱਲਦਾ ਹੁਣ ਕੰਮ ਮੇਰਾ ਬਸ ਨਹੀਂ ਹੋਇਆ ਨਵੇੜਤੇ ਆ ਅੱਛਾ ਤੂੰ ਉਹ ਤੋਂ ਬਾਅਦ ਸੱਚ ਉੱਥੇ ਵੀ ਪਹੁੰਚਣਾ ਤਾਂ ਜਿੱਥੇ ਟਰਾਲੀਆਂ ਬਣਦੀਆਂ ਆ ਅੱਜ ਦਿਨ ਦੇਖਦੇ ਆ ਹਲੇ ਯਾਰ ਹੁਣ ਠੇਕੇਦਾਰ ਦਾ ਫੋਨ ਆਇਆ ਉਹ ਕਹਿੰਦਾ ਸ਼ੈੱਡ ਆਪਾਂ ਪੱਟ ਕੇ ਦੁਬਾਰੇ ਪਾਉਣਾ ਮਾਂ ਸ਼ੈੱਡ ਪੱਟ ਕੇ ਦੁਬਾਰੇ ਪਾਉਣਾ ਕਿਉਂ ਪਹਿਲਾਂ ਵਧੀਆ ਨਹੀਂ ਤਾਂ ਠੀਕ ਨਹੀਂ ਤਾਂ ਪਿਆ ਨਹੀਂ ਕੋਈ ਉੱਚਾ ਚਕਾਉਂਦਾ ਕਿਸੇ ਦਾ ਚੋਣ ਲੈਂਦਾ ਕਿਸੇ ਦਾ ਕੋਈ ਪਾਬੰਦੀ ਆ ਹਲੇ ਜਿਹੜਾ 2-3 ਦਿਨ ਦਾ ਕੰਮ ਹੁਣ ਆਪਣਾ ਕੱਲ੍ਹ ਤੇ ਸਟਾਰਟ ਆਪਣਾ ਕਰਨਾ ਗੁਰਦੁਆਰਾ ਸਾਹਿਬ ਦਾ ਗੇਟ ਇੱਕ ਉਹ ਪੂਰੇ ਗੁਰਦੁਆਰਾ ਸਾਹਿਬ ਦਾ ਇੱਕ ਉਹਦੇ ਬਾਅਦ ਤੈਨੂੰ 1 ਕਰੋੜ ਦੇ ਦੇ ਅੱਛਾ ਆ ਕੰਮ ਜਾਂ ਨਵੇੜ ਲਾ ਫਿਰ ਤੈਨੂੰ ਉੱਥੇ ਭੇਜਣਾ ਆਪਾਂ ਨੇ ਜਿੱਥੇ ਟਰਾਲੀਆਂ ਬਣਦੀਆਂ ਤੇਰਾ ਰਹਿਣ ਰੂਣ ਦਾ ਸਾਰਾ ਪ੍ਰਬੰਧ ਉੱਥੇ ਹੀ ਹੈ ਤੇਰਾ ਇੱਕ ਏਜੰਟ ਦੇ ਕਰਨ ਇੱਕ ਦਿਹਾੜੀਆਂ ਚ ਦੰਨੇ ਕਹਿੰਦਾ ਬਸੇ ਕੁਛ ਐਂ ਕਾਲੀ ਹੈ ਇੱਕ ਤਾਂ ਮੇਲਾ ਨੇੜੇ ਆ ਰਿਹਾ ਹੁਣ ਜਿਹੜਾ ਅਗਲੇ ਮਹੀਨੇ ਚ ਮੇਲਾ ਮੇਲਾ ਆ ਪਿਛਲੇ 28 ਨੂੰ ਦਾ ਹੈਗਾ ਨਹੀਂ ਨਹੀਂ ਐ ਚਾਹੋ ਆ ਨਹੀਂ ਜਿਹੜਾ ਅਗਲਾ ਮਹੀਨਾ ਆਉਣਾ ਇਹਦਾ ਅਗਸਤ ਜਿਹੜਾ ਸਤੰਬਰ ਦੀ 2-3 ਤਰੀਕ ਦਾ ਮੇਲਾ 9ਵੇਂ ਮਹੀਨੇ ਦਾ 9ਵੇਂ ਮਹੀਨੇ ਦੀ ਸਟਾਰਟਿੰਗ ਡੇਟਾਂ ਦੇ ਵਿੱਚ ਹੈ ਫੇ ਤਾਂ ਜਦੋਂ ਦਾ ਮੈਂ ਉੱਥੇ ਪਹੁੰਚ ਜਾਣਾ ਕਿੱਥੇ 9ਵੇਂ ਮਹੀਨੇ ਲਾਸਟ ਚ ਹੋਊਗਾ ਆਪੇ ਤੂੰ ਅੱਛਾ ਉਧਰ ਤੇ ਜਾਣਾ ਪਹਿਲਾਂ ਹਰਿਆਣੇ ਚ ਜਾਊਂਗਾ ਮੈਂ ਉਹ ਨਹੀਂ 9ਵੇਂ ਮਹੀਨੇ ਦੀ ਸਟਾਰਟਿੰਗ ਚ ਹੈ ਬਿਲਕੁਲ ਉਹ 10ਵੇਂ ਚ ਪੜਾਈ ਪੈਣੀ ਆ ਆਪਣੇ ਅੱਛਾ ਉੱਥੇ ਨਹੀਂ ਨਾ ਪਤਾ 9ਵੇਂ ਦਾ 9ਵੇਂ ਮਹੀਨੇ ਦਾ 10-15 ਅੱਜ ਤੋਂ 1 ਮਹੀਨੇ ਨੂੰ 15-20 ਤੱਕ ਤਾਂ 10ਵੇਂ ਦੇ ਮੈਂ 9ਵੇਂ ਦੀ ਪਹਿਲਾਂ ਹੀ ਆ ਪਰ 9ਵੇਂ 2 ਜਾਂ 3 ਤਰੀਕ ਦਾ 2 ਦਿਨ ਆਪਾਂ ਉੱਥੇ ਰਾਂਗੇ ਉੱਥੇ ਕਿੰਨੇ ਕ ਲੱਗਣਾ ਜੇ ਬਾਤੇ ਬਾਤ ਹੌਲੀ ਹੌਲੀ ਵੀ ਹਫਤਾ ਲੱਗ ਜੂਗਾ ਤੇ ਘਰ ਘਰ ਦਾ ਵੱਢ ਕੇ ਆਉਣਾ ਹਾਂ ਬਸ ਇੰਨੀ ਕ ਕਣਕ ਵੱਢ ਕੇ ਉਹਨਾਂ ਦੀ ਘਰ ਘਰ ਦਾ ਵੱਢ ਕੇ ਤੇ ਬਾਕੀ ਬਈ ਟਰੈਕਟਰ ਦਾ ਆਪਾਂ ਨੰਬਰ ਨਾਲ ਸ਼ੇਅਰ ਕਰਿਆ ਪਾਵਰ ਸਟੀਅਰਿੰਗ ਟਰੈਕਟਰ ਦਿਖਾਇਆ ਤੁਹਾਨੂੰ ਆਪਾਂ ਨੇ ਜਿਹੜਾ ਨਾਰਮਲ ਬਿਨਾ ਕਿਸੇ ਹਿੱਸੇ ਤੋਂ ਬਿਨਾ ਕਿਸੇ ਹਾਈਡ੍ਰੋਲਿਕ ਜਿਹੜਾ ਨੀਚੇ ਵਾਲਾ ਜੈਕ ਲੱਗਦਾ ਹੁੰਦਾ ਹੈ ਹਨਾ ਉਹ ਤੋਂ ਨਾ ਕੋਈ ਆਰਮਾਂ ਉਹਦੀਆਂ ਹੋਰ ਚੇਂਜ ਕਰੀਆਂ ਸਾਰਾ ਕੁਝ ਓਰੀਜਨਲ ਫਿਟਿੰਗ ਦੇ ਵਿੱਚ ਆ ਟਰੈਕਟਰ ਉਹੀ ਹਿੱਸਾ ਸਾਰਾ ਕੁਝ ਜੇ ਉਵੇਂ ਦਾ ਕਿਸੇ ਨੇ ਟਰੈਕਟਰ ਮੋਡੀਫਾਈ ਕਰਾਉਣਾ ਤਾਂ ਬਾਈ ਜ਼ਰੂਰ ਸੰਪਰਕ ਕਰਿਓ ਇਕੱਲਾ ਟਰੈਕਟਰ ਨਹੀਂ ਈਵਨ ਇੰਜਣ ਦਾ ਕੁਝ ਵੀ ਕੰਮ ਕਰਾਉਣਾ ਹੈ ਸਪੈਸ਼ਲ ਫੋਰਡ ਦਾ ਪੁਰਾਣੇ ਐਂਟਰਾਂ ਦਾ ਹਨਾ ਜਿਵੇਂ HMT ਹੋਏ 61 ਦਾ ਉਹਨਾਂ ਦੇ ਮਿਸਤਰੀ ਜੀ ਸਪੈਸ਼ਲਿਸਟ ਨੇ ਜਿਵੇਂ ਕਹਿ ਦਿੰਦੇ ਨਾ ਕੋਈ ਸਪੈਸ਼ਲਿਸਟ ਡਾਕਟਰ ਹੈ ਉਵੇਂ ਇਹ ਸਪੈਸ਼ਲਿਸਟ ਹੈ ਮਿਸਤਰੀ ਜੀ ਅਤੇ ਪੁਰਾਣੇ ਤੋਂ ਪੁਰਾਣੇ ਟਰੈਕਟਰਾਂ ਦਾ ਬਹੁਤ ਵਧੀਆ ਕੰਮ ਕਰਦੇ ਆ ਅੱਜ ਵੀ ਮੈਂ ਵੀਡੀਓ ਪਾਉਣੀ ਤੀ ਇੱਕ 98 ਦੀ 98 ਮਾਡਲ ਐਂਟਰ ਦੀ ਸਾਰਾ ਓਰੀਜਨਲ ਆ ਟਰੈਕਟਰ ਯਾਰ ਹਾਂ ਜਾਣੀ ਕੇਅਰ 'ਚ ਇਹਨਾਂ ਦੀ ਚੱਲ ਰਿਹਾ ਕਿਉਂਕਿ ਸਰਬਸਾਂ ਕਰਦੇ ਰਹੇ ਹਾਂ ਸਾਂਭ ਸੰਭਾਲ ਜੀ ਉਹ ਟਰੈਕਟਰ ਦੀ ਵੀਡੀਓ ਪਾਉਣੀ ਜੀ ਮੈਂ ਅਤੇ ਬਹੁਤ ਪੁਰਾਣਾ ਟਰੈਕਟਰ ਹੈ ਉਹਦੀ ਚਲਾਈ ਵੀ ਦਿਖਾਉਣੀ ਤੀ ਵੀ ਕਿੰਨਵਾਂ ਜੋੜਾ ਲੱਗਿਆ ਵਾ ਉਹਨੂੰ ਪਰ ਉਹਦੀ ਵੀਡੀਓ ਪਾਉਂਗਾ ਛੇਤੀ ਹੁਣ ਮੈਂ ਟਰੈਕਟਰ ਦੀ ਸੰਭਾਲ 'ਤੇ ਡਿਪੈਂਡ ਹੈ ਬਾਕੀ ਇਹ ਮਿਸਤਰੀ ਕੇਅਰ ਵਧੀਆ ਬਾਕੀ ਤੇਰੀ ਗੱਲ ਕਹਿਣਾ ਸੰਭਾਲ 'ਤੇ ਡਿਪੈਂਡ ਕਰਦਾ ਹੁਣ ਮੇਰੇ ਕੋਲ ਦੋ ਚੀਜ਼ ਸੰਭਾਲ ਦੀ ਗੱਲ ਆਉਂਦੀ ਆ ਸੰਭਾਲ ਦੀ ਸੰਭਾਲ ਦੀ ਆਪਣੇ ਸਰਵਿਸ ਟਾਈਮ ਨਾਲ ਕਰਾਈ ਆ ਮੈਡਮ ਅੱਜ ਸੱਚ ਮੋਟਰਾਂ ਵੇਚਤੀਆਂ ਵੇਚਤੀਆਂ ਹਾਂ ਚਲ ਠੀਕ ਹੈ ਟਰੈਕਟਰ ਦੀ ਮੋਟਰਾਂ ਲੈ ਗਏ ਭਾਈ ਫਿਰ ਕਿਹੜੇ ਕੰਮ ਦੇ ਤੇ ਹੁਣ ਆਪਣੇ ਕਿਸੇ ਕੰਮ ਦੇ ਨਹੀਂ ਗਿਆ ਉਹ ਬਾਈ ਕੋਲੇ ਸਟੈਂਡਰਡ ਕਮੈਂਟੀ ਉਹੀ ਲੈ ਗਿਆ ਉਹ ਕਹਿੰਦਾ ਮੈਂ ਸਪੇਅਰ ਤੇ ਰੱਖਣੀ ਹੈ
ਮੈਂ ਲੈ ਜਾ ਚੁੱਪ ਕਰਕੇ ਕੰਮ ਦੀਆਂ ਮੋਟਰਾਂ, ਆਪਾਂ ਨੇ ਇੱਕ ਪੈਸੇ ਨਜਾਇਜ਼ ਮੰਗੇ, ਬਹੁਤੇ ਨਜਾਇਜ਼ ਮੰਗੇ, ਜਾਇਜ਼ ਜੇ ਅੱਧੋ ਅੱਧ ਦੇ ਵੀ ਥੱਲੇ ਲਏ ਆਪਾਂ ਨੇ, ਜੇ ਨਵੀਂ 25,000 ਦੀ ਤਾਂ ਆਪਾਂ ਨੇ ਅੱਧ ਤੋਂ ਵੀ ਥੱਲੇ ਦਿੱਤੀ ਮੋਟਰ। ਚੱਲ ਠੀਕ ਆ ਫਿਰ, ਆਪਣੇ ਕੋਲ ਕਿਹੜੇ ਕੰਮ ਦੀ ਆਪਾਂ ਤਾਂ, ਮੈਂ ਤੂੰ ਲੈ ਜਾ ਭਰਾ ਮੇਰੇ, ਜਿਵੇਂ ਪੁਲੀ ਵੀ ਦੇਤੀ ਨਾਲੇ ਠੀਕ ਆ। ਮੈਂ ਤੂੰ ਨਹੀਂ ਯਾਰ ਬਾਈ, ਦੂਰ ਤਾਂ ਹੈ ਇੱਥੇ 1,000-1,500 ਆਪਾਂ ਨੇ ਹੋਰ। ਚੱਲ ਕੋਈ ਨਾ ਯਾਰ, ਜੇ ਹੁਣ ਕੋਈ ਬੰਦਾ ਆਈ ਗੱਲ ਲੈਣਾ ਆਪਣੇ ਨਾਲੇ, ਜਿਹੜੀ ਕੰਮ ਦੀ ਚੀਜ਼ ਆਪਣਾ ਨੂੰ ਬਿਲਕੁਲ ਨਹੀਂ ਨਹੀਂ ਸੋਹਣੀ ਲੱਗੀ, ਇਹ ਤਾਂ ਮਨ ਪਰ ਹੁੰਦੇ ਆਪਾਂ ਨੂੰ, ਇਹ ਚੀਜ਼ ਅੱਛੀ ਨਹੀਂ ਲੱਗਦੀ, ਆਪਾਂ ਨੇ ਆਹ ਚੀਜ਼ ਲੈਣੀ ਆ, ਆਹ ਚੀਜ਼ ਕਰਾਉਣੀ ਆ। ਬਿਲਕੁਲ ਬਿਲਕੁਲ, ਫਿਰ ਆਪਾਂ ਨੇ ਫਿਰ ਆਪਾਂ ਚੀਜ਼ ਤੂੜੀ ਵੀ ਚੱਕਣੀ ਆ, ਤੂੜੀ ਵੀ ਚੱਕ ਦਾਂਗੇ ਤੂੜੀ, ਉਹ ਅਜੇ ਤਾਂ ਉਹ ਵੀ ਨਹੀਂ ਹੈਗਾ, ਨਵੀਂ ਟਰਾਲੀ ਚਾਚਾ, ਨਵੀਂ ਟਰਾਲੀ ਚੱਕਾਂਗੇ, ਐਵੇਂ ਨਹੀਂ ਚੱਕਦੇ ਹਲੇ, ਨਹੀਂ ਹਲੇ ਆਪਣੇ ਕੋਲ ਟਰਾਲੀ, ਟਰਾਲੀਆਂ ਹੁਣ ਦੋ ਹੋ ਗਈਆਂ, ਹੁਣ ਕੀ ਲੋੜ, ਹੁਣ ਤਾਂ ਗਰਮੀ ਆ ਗਈ, ਇੱਕ ਭਰ ਕੇ ਤੋੜ ਤੇ ਦੂਈ ਨੂੰ ਭਰ ਲਓ। ਨਾ ਨਾ, ਹੁਣ ਤਾਂ ਐਵੇਂ ਨਹੀਂ ਕਰਦੇ, ਤੋੜਦੇ ਕਰਨੀ ਹੈ ਦੂਈ, ਪਤਲ ਭਰ ਕੇ ਖੜਾਉਣੀ ਪਿਆ ਕਰਨੀ, ਹੁਣ ਚੱਕਰ ਸਾਲਾ ਵੱਧ ਪੈ ਜਾ ਕਰਨਾ। ਪਹਿਲਾਂ ਤਾਂ ਆਏ ਤਾਂ ਵੀ ਇੱਕ ਭਰ ਕੇ ਤੋੜਤੀ, ਵੀ ਉਹ ਆਉਣਗੇ ਆਉਣਗੇ ਡੱਬਾ ਭਰਾਂਗੇ ਫਿਰ ਪੰਡਾ ਭਰਾਂਗੇ, ਚਾਹ ਬੰਦੇ ਹੋਰ ਹੋ ਜਾਂਦੇ, ਹੁਣ ਤਾਂ ਜਿਹੜੇ ਉਤਾਰਨਗੇ ਵੀ ਉਹਨਾਂ ਨੇ ਤਾਂ ਮੁੜ ਕੇ ਆ ਕੇ ਹੱਥ ਨਹੀਂ ਲਵਾਇਆ ਕਰਨਾ, ਵੀ ਹਾਂ ਵੀ ਭਰਾਉਣੀ ਹੈ, ਕਿਉਂਕਿ ਇੱਕ ਟਰਾਲੀ ਇੱਥੇ ਹੋਏ ਕਰਨੀ ਆਪਣੇ, ਜੇ ਦੋ ਬੰਦੇ ਤੜਕੇ ਲੈ ਗਏ ਆ ਉਹ ਤਾਂ ਤਾਰ ਕੇ ਆਉਣਗੇ, ਦੂਈ ਆਉਂਦੇ ਤੁਸੀਂ ਭਰਨੇ ਆ, ਭਰਨੀ ਆ ਹਾਂ, ਉਹ ਤਾਂ ਸ਼ਾਮ ਰਸਾ ਰਸਾ ਪਾਉਣਗੇ। ਬਸ ਬਸ ਬਸ, ਚਲੋ ਇੱਕ ਦੋ ਬੰਦਾ ਰੱਖ ਕੇ ਨਾਲ ਹੋ ਜੂ ਕੰਮ, ਉਹਨਾਂ ਬੰਦੇ ਰੱਖਾਂਗੇ, ਦੋ ਜਾਂ ਤਿੰਨ ਬੰਦੇ ਰੱਖਾਂਗੇ, ਹਾਂ ਕਰਨੇ ਪੈਣਗੇ, ਆਪ ਦਾ ਆਪਾਂ ਨੇ ਕਰਨਾ ਹੈ ਸ਼ੌਂਕ ਨੂੰ ਕੰਮ, ਨਾਲ ਬੰਦੇ ਵੀ ਰੱਖਣੇ, ਕੰਮ ਪੂਰਾ ਵੀ ਨਾਲੇ ਕੰਮ ਵੀ ਨਾਲ ਲਾ ਕੇ ਕੰਮ ਹੁੰਦਾ, ਜਿਹੜਾ ਕੁਝ ਹੋਰ ਗੱਲ ਹੁੰਦੀ ਆ, ਪੌਣੇ 200 ਥੱਲਾ ਰੇਹ ਦਾ ਖੰਡਾਤਾ ਸੀ, ਤੁਸੀਂ ਸਾਂਭ ਕੇ ਰੱਖਦੇ ਹੋ ਰੇਹ ਥੱਲੇ ਲੱਗੇ, ਓ ਚਲੋ ਓਏ ਭਾਈ ਪਾਉਂਦੇ ਨਾ ਜੀਰੀ ਚ, ਜੀਰੀ ਕਿਵੇਂ ਹੋ ਜਾਂਦੀ, ਜੀਰੀ ਚ ਪਾਇਆ ਫੇਰ ਤਾਂ ਗੱਲ ਵੱਖਰੀ ਆ, ਫੇਰ ਤਾਂ ਇਹਨੇ ਮੇਰੀ ਮਿਹਨਤ ਨਹੀਂ ਦੇਖ ਲਾ ਦਗਾਈ ਹੈ, ਉਹ ਨਹੀਂ ਫੇਰ ਪਤਾ ਕੀ ਇਹ ਕਹਿੰਦਾ ਖੰਡਾ ਅੱਗੇ ਕੇ ਕਣਕ ਚ ਕੰਮ ਆ ਜਣੇ ਸੀ, ਮੰਨੂ ਤਾਂ ਆਇਆ ਮੱਕ ਦੇ ਬਿਨਾਂ ਨਾ, ਨਾਲੇ ਕੇ ਪੈਸੇ ਬਚਦੇ, ਨਾਲੇ ਪੈਸੇ ਬਚਦੇ, ਜੀਰੀ ਤਾਂ ਚੱਲ ਪਾਉਣੇ ਹੀ ਤੱਕ ਆ, ਤੂੰ ਮੈਂ ਕਿਹਾ ਕਿਤੇ ਉਹੀ ਤਾਂ ਕਿਹਾ ਤਾਂ ਵੀ ਅਸੀਂ ਜੀਰੀ ਚ ਪੈ ਗਏ, ਕਹਿੰਦੇ ਨਾ ਬੋਲੇ ਪਏ ਖੰਡਾ ਤੇ ਨਾ ਥੈਲਾ, ਮੈਂ ਉਹ ਹੋਰ ਚੀਜ਼ ਸਮਝ ਸਾਜ, ਸੋ ਠੀਕ ਹੈ ਜੀ, ਬਾਕੀ ਮਿਲਦੇ, ਓਕੇ ਜੀ, ਬੁਲਾ ਦੇ ਫਤਿਹ ਫਤਿਹ, ਸਤਿ ਸ਼੍ਰੀ ਅਕਾਲ, ਚਲੋ ਠੀਕ ਹੈ ਵੀ, ਸਤਿ ਸ਼੍ਰੀ ਅਕਾਲ ਜੀ, ਫਿਰ ਮਿਲਦੇ ਹਾਂ, ਮਿਲਦੇ ਹਾਂ ਜੀ ਅਗਲੇ ਬਸ।